मेरे पंजाब भर के विद्यार्थी साथियों नूं बहुत प्यार भरी सत श्री अकाल। बच्चे जिवें कि तुसी सारे जानते हो कि असी टीवी के माध्यम तो या ऑनलाइन क्लासेस दे राही अजकल अपना सिलेबस कर रहे हैं। अज असी तुहाडे जुलाई अगस्त के सिलेबस के अकॉर्डिंग एक नवा चैप्टर शुरू करन लगे हैं। वो साडा चैप्टर है पंचायती राज डेमोक्रेसी एट द ग्रासरूट लैवल। सो ये पंचायती राज का शब्द मैं लगता है कि जो गांधी जी तुसी कीता सी उत्थे तुसी बार बार पंचायती या पंचायतों का जिक्र पाया सी, मैं ही करवाया सी, मैं याद है। पंचायती राज या डेमोक्रेसी एट ग्रासरूट लैवल भाव स्थानक पद्धर का लोकतंत्र ये की है बेटे। मैं ये पहला तुहानू कॉन्सैप्ट क्लीयर करना चाहनी हाँ कि जदों आपां किसी भी देश विच रहने हाँ तां उत्थे प्रबंध करन दे लई तुहाडे कोल साडे कोल विधान पालिका, कार्यपालिका, न्यायपालिका काम करदी है। साडियां संसद जिवें भारत दे विच पार्लीमेंट, लोक सभा, राज सभा कानून बनाउण दा काम करदी है। इसे तरीके दे नाल राज्यां दीआं विधान पालिकावां राज्यां विच कानून बनाउण दा काम करदीआं हन। पर असी इन्हां संस्थावां नूं चुणदे वी आप हाँ। लोक सभा दी इलैक्शन हुंदियां ने, राज विधान पालिका दी इलैक्शन हुंदियां ने, पर जिहड़े नुमाइंदे असी चुणदे हाँ उन्हां नाल साडा सिद्धा संपर्क बहुत घट हुंदा है। सीधे संपर्क तो घाव भाव यह है कि जे तुसी किसी MLA या MP नूं मिलना होवे तां तुसी देखो किन्ना मुश्किल हो जांदा, तुहानूं तुसी उन्हां नूं ईजीली मिल ही नहीं सकते। दूसरी गल, एक चुनिया होया केंद्र दा या राज दा प्रतिनिधि ਉਹ ਤੁਹਾਡੀਆਂ ਛੋਟੀਆਂ ਛੋਟੀਆਂ ਪ੍ਰੋਬਲਮ, ਤੁਹਾਡੀਆਂ ਸਥਾਨਕ ਸਮੱਸਿਆਵਾਂ, ਸਥਾਨਕ ਸਮੱਸਿਆਵਾਂ ਮੀਨਸ ਤੁਹਾਡੀ ਬਿਜਲੀ ਦੀ ਸਮੱਸਿਆ, ਤੁਹਾਡੀ ਪਾਣੀ ਦੀ ਸਮੱਸਿਆ, ਤੁਹਾਡੇ ਪਿੰਡ ਦੀ ਸੜਕ ਟੁੱਟੀ ਹੋਈ ਹੈ, ਤੁਹਾਡੇ ਪਿੰਡ ਵਿੱਚ ਡਿਸਪੈਂਸਰੀ ਨਹੀਂ ਹੈ, ਤੁਹਾਡੇ ਪਿੰਡ ਵਿੱਚ ਛੋਟੇ ਬੱਚਿਆਂ ਲਈ ਪ੍ਰਾਇਮਰੀ ਸਕੂਲ ਨਹੀਂ ਹੈ, ਤੁਹਾਡੇ ਪਿੰਡ ਦੀ ਕੋਈ ਹੋਰ ਕੋਈ ਖਾਸ ਕਿਸੇ ਪੁੱਲ ਦੀ ਸਮੱਸਿਆ ਹੈ। ਛੋਟੀਆਂ ਛੋਟੀਆਂ ਜੋ ਸਮੱਸਿਆਵਾਂ ਹਨ ਇਹ ਸਾਡੇ ਵੱਡੇ ਵੱਡੇ ਪ੍ਰਤੀਨਿਧੀ ਨਾ ਇਹਨਾਂ ਤੋਂ ਜਾਣੂ ਹੁੰਦੇ ਹਨ, ਨਾ ਇਹ ਸਾਡੇ ਦੁੱਖ ਨੂੰ ਉਸ ਹੱਦ ਤੱਕ ਸਮਝ ਸਕਦੇ ਹਨ। ਇਸ ਲਈ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕੋਈ ਅਜਿਹੇ ਨੁਮਾਇੰਦੇ ਚਾਹੀਦੇ ਹਨ ਜਿਨ੍ਹਾਂ ਨਾਲ ਸਾਡਾ ਡਾਇਰੈਕਟ ਰਿਲੇਸ਼ਨ ਹੋਵੇ, ਜਿਨ੍ਹਾਂ ਕੋਲ ਜਾ ਕੇ ਮਿਲ ਕੇ ਜਿਨ੍ਹਾਂ ਦੀ ਸਮੱਸਿਆ ਅਤੇ ਸਾਡੀ ਸਮੱਸਿਆ ਕਾਫੀ ਹੱਦ ਤੱਕ ਸਾਂਝੀ ਹੋਵੇ। ਸੋ ਇਸ ਉਦੇਸ਼ ਨੂੰ ਲੈ ਕੇ ਪੰਚਾਇਤੀ ਰਾਜ ਦਾ ਜੋ ਕੰਸੈਪਟ ਹੈ ਉਹ ਭਾਰਤ ਵਿੱਚ ਸ਼ੁਰੂ ਕੀਤਾ ਗਿਆ। ਦੂਸਰੀ ਗੱਲ ਕਿ ਜੇ ਅਸੀਂ ਕਿਸੇ ਭਾਰਤ ਦੇ ਬੱਚੇ ਨੂੰ ਲੋਕਤੰਤਰ ਦੀ ਸਿੱਖਿਆ ਦੇਣਾ ਚਾਹੁੰਦੇ ਹਾਂ ਤਾਂ ਉੱਪਰਲੇ ਲੈਵਲ ਤੋਂ ਨਹੀਂ ਬਲਕਿ ਸਾਨੂੰ ਹੇਠਲੇ ਲੈਵਲ ਤੋਂ ਸਟਾਰਟ ਕਰਨਾ ਪਏਗਾ। ਫੋਰ ਐਗਜ਼ਾਮਪਲ, ਜੇ ਕਿਸੇ ਬੱਚੇ ਨੂੰ ਇਹ ਪੁੱਛਿਆ ਜਾਵੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਹਨ ਜਾਂ ਰਾਸ਼ਟਰਪਤੀ ਕੌਣ ਹਨ ਜਾਂ ਪ੍ਰਧਾਨ ਮੰਤਰੀ ਦੀ ਚੋਣ ਕਿਵੇਂ ਹੁੰਦੀ ਹੈ, ਲੋਕ ਸਭਾ ਦੀ ਇਲੈਕਸ਼ਨ ਕਿਵੇਂ ਹੁੰਦੀ ਹੈ, ਹੋ ਸਕਦਾ ਹੈ ਉਸਨੂੰ ਪਤਾ ਹੋਵੇ ਇੱਕ ਆਮ ਵਿਅਕਤੀ ਨੂੰ ਜਾਂ ਨਾ। ਪਰ ਜੇ ਕਿਸੇ ਨੂੰ ਇਹ ਪੁੱਛਿਆ ਜਾਵੇ ਤੁਹਾਡੇ ਪਿੰਡ ਦਾ ਸਰਪੰਚ ਕੌਣ ਹੈ, ਤੁਸੀਂ ਤੁਹਾਡੇ ਪਿੰਡ ਦੀ ਪੰਚ ਦੀ ਚੋਣ ਕਿਵੇਂ ਹੁੰਦੀ ਹੈ, ਸਰਪੰਚ ਦੀ ਚੋਣ 'ਚ ਕੌਣ ਭਾਗ ਲੈਂਦਾ ਹੈ, ਤਾਂ ਇਹਨਾਂ ਗੱਲਾਂ ਦੇ ਬਾਰੇ ਵਿੱਚ ਉਸਨੂੰ ਜ਼ਰੂਰ ਹੀ ਪਤਾ ਹੋਵੇਗਾ। ਸੋ ਜਦੋਂ ਅਸੀਂ ਸਥਾਨਕ ਲੋਕਤੰਤਰ ਦੀ ਗੱਲ ਕਰਾਂਗੇ, ਡੈਮੋਕ੍ਰੇਸੀ ਐਟ ਦਾ ਗ੍ਰਾਸਰੂਟ ਲੈਵਲ ਦੀ ਅਸੀਂ ਗੱਲ ਕਰਾਂਗੇ ਤਾਂ ਉਹਦੇ ਵਿੱਚ ਦੋ ਗੱਲਾਂ ਆ ਜਾਣਗੀਆਂ। ਇੱਕ ਤਾਂ ਤੁਹਾਡੀਆਂ ਸਥਾਨਕ ਸਮੱਸਿਆਵਾਂ ਨੂੰ ਸਮਝਣਾ ਅਤੇ ਉਹਨਾਂ ਨੂੰ ਯੋਗ ਤਰੀਕੇ ਨਾਲ ਹੱਲ ਕਰਨਾ, ਤੁਹਾਡੇ ਸਥਾਨਕ ਨੁਮਾਇੰਦਿਆਂ ਤੱਕ ਤੁਹਾਡੀ ਪਹੁੰਚ ਦਾ ਹੋਣਾ, ਅਤੇ ਵੱਡੇ ਲੋਕਤੰਤਰ ਤੋਂ ਪਹਿਲਾਂ ਛੋਟੇ ਲੋਕਤੰਤਰ ਦੀ ਸਿੱਖਿਆ ਦੇਣੀ, ਹੇਠਲੇ ਪੱਧਰ ਦੀ ਸਿੱਖਿਆ ਦੇਣੀ, ਇਹ ਸਾਡੇ ਸਥਾਨਕ ਲੋਕਤੰਤਰ ਦਾ ਉਦੇਸ਼ ਮੰਨਿਆ ਜਾਂਦਾ ਹੈ। ਸੋ ਅੱਜ ਅਸੀਂ ਇਸੇ ਟੌਪਿਕ ਦੇ ਉੱਤੇ ਗੱਲ ਕਰਾਂਗੇ, ਇਸ ਪੰਚਾਇਤੀ ਰਾਜ ਦੇ ਕੰਸੈਪਟ ਨੂੰ ਲੈ ਕੇ ਭਾਰਤ ਦੇ ਵਿੱਚ ਸੋਧ ਹੋਈ ਸੰਵਿਧਾਨ ਦੇ ਵਿੱਚ, ਕਿਉਂਕਿ ਸਟਾਰਟਿੰਗ 'ਚ ਨਹੀਂ ਸੀ, ਸੋਧ ਹੋ ਕੇ ਸਟਾਰਟਿੰਗ ਸੀ ਬਟ ਬੜਾ ਥੋੜ੍ਹਾ ਸੀ, ਉਹਦੇ ਨਾਲ ਭਾਰਤ ਦਾ ਕੁਛ ਬਣ ਨਹੀਂ ਸੀ ਰਿਹਾ। ਸੋ ਭਾਰਤੀ ਸੰਵਿਧਾਨ ਵਿੱਚ 73ਵੀਂ ਸੋਧ ਕਰਕੇ ਇਸ ਨੂੰ ਸਾਰੇ ਭਾਰਤ ਦੇ ਵਿੱਚ ਪੰਚਾਇਤੀ ਰਾਜ ਦੇ ਕੰਸੈਪਟ ਨੂੰ ਲਾਗੂ ਕੀਤਾ ਗਿਆ। ਸੋ ਅੱਜ ਮੈਂ ਆਪਣੇ ਲੈਕਚਰ ਦੇ ਰਾਹੀਂ ਤੁਹਾਨੂੰ ਪੰਚਾਇਤੀ ਰਾਜ ਬਾਰੇ ਅਤੇ ਪੰਚਾਇਤੀ ਰਾਜ ਸੰਬੰਧੀ 73ਵੀਂ ਸੰਵਿਧਾਨਕ ਸੋਧ, ਜੋ ਕਿ ਬਹੁਤ ਇੰਪੋਰਟੈਂਟ ਹੈ ਨੌਲੇਜ ਪੁਆਇੰਟ ਆਫ ਵਿਊ ਤੋਂ ਅਤੇ ਪੇਪਰ ਪੁਆਇੰਟ ਆਫ ਵਿਊ ਤੋਂ ਵੀ, ਉਹ ਅਸੀਂ ਅੱਜ ਡਿਸਕਸ ਕਰਾਂਗੇ। ਸੋ ਬੱਚੇ, ਲੈਟ ਅਸ ਸਟਾਰਟ ਆਵਰ ਲੈਕਚਰ। ਆਪਣੀਆਂ ਕਾਪੀਜ਼ ਖੋਲ੍ਹ ਲਓ, ਪੈੱਨ ਲੈ ਲਓ ਅਤੇ ਤਿਆਰੀ ਕਰ ਲਓ। ਸਭ ਤੋਂ ਪਹਿਲਾਂ ਅਸੀਂ ਇੰਟਰੋਡਕਸ਼ਨ ਦੇ ਤੌਰ 'ਤੇ ਬੱਚੇ ਮੈਂ ਤੁਹਾਨੂੰ ਦੱਸਾਂਗੀ ਕਿ ਪੰਚਾਇਤੀ ਰਾਜ ਜੋ ਹੈ ਇਹ ਪੇਂਡੂ ਲੋਕਤੰਤਰ ਦਾ ਹੀ ਦੂਜਾ ਨਾਮ ਹੈ। ਪੇਂਡੂ ਲੋਕਤੰਤਰ, ਸਾਡੇ ਸੰਵਿਧਾਨ ਵਿੱਚ ਦੋ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ, ਇੱਕ ਪੇਂਡੂ ਲੋਕਤੰਤਰ, ਇੱਕ ਸ਼ਹਿਰੀ ਲੋਕਤੰਤਰ।
ਸ਼ਹਿਰੀ ਲੋਕਤੰਤਰ ਦਾ ਜੋ ਕਨਸੈਪਟ ਹੈ ਤੁਸੀਂ ਸਪਟੰਬਰ ਦੇ ਮਹੀਨੇ ਦੇ ਵਿੱਚ ਕਰੋਗੇ। ਹੁਣ ਅਸੀਂ ਗੱਲ ਕਰਾਂਗੇ ਪੇਂਡੀ ਲੋਕਤੰਤਰ। ਜਦੋਂ ਅਸੀਂ ਸ਼ਬਦ ਪੰਚਾਇਤੀ ਰਾਜ ਬੋਲਾਂਗੇ ਤਾਂ ਇੱਕ ਗੱਲ ਮੈਂ ਤੁਹਾਨੂੰ ਸ਼ੁਰੂ ਵਿੱਚ ਹੀ ਕਲੀਅਰ ਕਰਨਾ ਚਾਹੁੰਦੀ ਹਾਂ, ਵੈਨ ਵੀ ਟਾਕ ਅਬਾਊਟ ਪੰਚਾਇਤੀ ਰਾਜ ਤਾਂ ਸ਼ਬਦ ਪੰਚਾਇਤ ਦਾ ਯੂਜ਼ ਹੋਏਗਾ, ਬਟ ਉਹ ਪੰਚਾਇਤ ਤੁਹਾਡੇ ਇਕੱਲੇ ਪਿੰਡ ਵਾਲੀ ਪੰਚਾਇਤ ਹੀ ਨਹੀਂ ਹੋਏਗੀ। ਉਹਦੇ ਵਿੱਚ ਪੰਚਾਇਤ, ਬਲਾਕ ਸਮਿਤੀ, ਜ਼ਿਲ੍ਹਾ ਪਰਿਸ਼ਦ, ਇਹ ਤਿੰਨੋਂ ਸ਼ਾਮਲ ਹੋਣਗੀਆਂ। ਜਦੋਂ ਮੈਂ ਸ਼ਬਦ ਪੰਚਾਇਤੀ ਰਾਜ ਕਵਾਂਗੀ ਤਾਂ ਉਹਦੇ ਵਿੱਚ ਪੰਚਾਇਤ ਦੀਆਂ ਤਿੰਨੋਂ ਸੰਸਥਾਵਾਂ ਹੇਠਲੇ ਪੱਧਰ 'ਤੇ ਪੰਚਾਇਤ, ਵਿਚਕਾਰਲੇ ਪੱਧਰ 'ਤੇ ਬਲਾਕ ਪੱਧਰ 'ਤੇ ਬਲਾਕ ਸਮਿਤੀ ਜਾਂ ਪੰਚਾਇਤ ਸਮਿਤੀ ਅਤੇ ਸਭ ਤੋਂ ਉੱਪਰਲੇ ਪੱਧਰ 'ਤੇ ਜ਼ਿਲ੍ਹਾ ਪਰਿਸ਼ਦ, ਇਹ ਤਿੰਨੋਂ ਹੀ ਇਨਕਲੂਡ ਕਰਾਂਗੇ ਜਦੋਂ ਮੈਂ ਪੰਚਾਇਤ ਸ਼ਬਦ ਦੀ ਵਰਤੋਂ ਕਰਾਂਗੀ। ਸੋ ਪੰਚਾਇਤੀ ਰਾਜ ਦਾ ਨੂੰ ਆਪਾਂ ਪੇਂਡੂ ਲੋਕਤੰਤਰ ਦਾ ਨਾਮ ਵੀ ਦੇ ਸਕਦੇ ਹਾਂ। ਦੂਸਰੀ ਗੱਲ, ਲੋਕਤੰਤਰ ਨੂੰ ਘਰ ਘਰ ਪਹੁੰਚਾਉਣਾ, ਸਥਾਨਕ ਲੋਕਤੰਤਰ ਸਥਾਨਕ ਲੋਕਤੰਤਰ ਨੂੰ ਅਹਿਮੀਅਤ ਦੇਣੀ, ਸਥਾਨਕ ਲੋੜਾਂ ਦੀ ਪੂਰਤੀ ਕਰਨੀ। ਸਥਾਨਕ ਲੋੜਾਂ ਕਿਹੜੀਆਂ ਹੋ ਗਈਆਂ? ਜਿਸ ਸਥਾਨ 'ਤੇ ਕੋਈ ਵਿਅਕਤੀ ਰਹਿ ਰਿਹਾ, ਕੋਈ ਪਿੰਡ 'ਚ ਰਹਿ ਰਿਹਾ, ਕੋਈ ਕਸਬੇ 'ਚ ਰਹਿ ਰਿਹਾ, ਕੋਈ ਸ਼ਹਿਰ 'ਚ ਰਹਿ ਰਿਹਾ, ਉਹਦੇ ਲਈ ਉਹ ਸਥਾਨਕ ਲੋੜਾਂ ਨੇ। ਸਥਾਨਕ ਲੋੜਾਂ ਜਿਵੇਂ ਤੁਹਾਨੂੰ ਦੱਸਿਆ, ਤੁਹਾਡੇ ਬਿਜਲੀ ਦਾ ਟਰਾਂਸਫਾਰਮਰ ਸੜ ਸਕਦਾ ਹੈ, ਤੁਹਾਡੇ ਪਾਣੀ ਦੀ ਆ ਸਕਦੀ ਹੈ ਪ੍ਰੋਬਲਮ, ਤੁਹਾਡੇ ਮੱਛਰਾਂ ਦੀ ਆ ਸਕਦੀ ਹੈ ਪ੍ਰੋਬਲਮ, ਤੁਹਾਡੇ ਇਲਾਕੇ ਦੇ ਵਿੱਚ ਰਿਕਸ਼ੇ ਬੱਸ ਅੱਡਿਆਂ ਦੀ ਪ੍ਰੋਬਲਮ ਆ ਸਕਦੀ ਹੈ, ਕੋਈ ਵੀ ਤੁਹਾਡੀਆਂ ਸਥਾਨਕ ਲੋੜਾਂ ਨੂੰ ਪੂਰਾ ਕਰਨਾ। ਇਸ ਤੋਂ ਇਲਾਵਾ ਰਾਜ ਪ੍ਰਬੰਧ ਨੂੰ ਯੋਗ ਢੰਗ ਨਾਲ ਚਲਾਉਣਾ। ਰਾਜ ਪ੍ਰਬੰਧ ਕਿੱਦਾਂ ਚੱਲੇਗਾ? ਕੇਂਦਰੀ ਸਰਕਾਰ ਦੇ ਨਾਲ ਹੈਲਪ ਕਰਨ ਲਈ ਰਾਜਾਂ ਦੀਆਂ ਸਰਕਾਰਾਂ ਨੇ, ਰਾਜਾਂ ਦੀਆਂ ਸਰਕਾਰਾਂ ਨਾਲ ਹੈਲਪ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਨਗਰਪਾਲਿਕਾਵਾਂ, ਪਿੰਡਾਂ ਵਿੱਚ ਪੰਚਾਇਤਾਂ, ਬਲਾਕ ਸਮਿਤੀਆਂ, ਜਦੋਂ ਸਾਰੇ ਮਿਲ ਕੇ ਕੰਮ ਕਰਨਗੇ ਤਾਂ ਰਾਜ ਪ੍ਰਬੰਧ ਯੋਗ ਢੰਗ ਨਾਲ ਚੱਲੇਗਾ। ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਹਿਯੋਗ ਅਤੇ ਮਿਲਵਰਤਨ ਨਾਲ। ਕਿਹੜੇ ਕਿਹਨਾਂ ਦਾ ਸਹਿਯੋਗ? ਆਪਣੇ ਚੁਣੇ ਹੋਏ ਨੁਮਾਇੰਦਿਆਂ ਦਾ ਸਹਿਯੋਗ, ਆਪਣੀਆਂ ਸੰਸਥਾਵਾਂ ਦੇ ਨਾਲ ਮਿਲ ਕੇ ਆਪਣੇ ਪਿੰਡ ਦੀਆਂ, ਆਪਣੇ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ। ਸ਼ਕਤੀਆਂ ਦਾ ਵਿਕੇਂਦਰੀਕਰਨ ਭਾਵ ਸ਼ਕਤੀਆਂ ਦੀ ਵੰਡ ਹੋਣਾ, ਲੋਕਾਂ ਦੇ ਸਵੈ ਮਾਣ ਵਿੱਚ ਵਾਧਾ ਕਰਨਾ ਅਤੇ ਸਥਾਨਕ ਸਵੈ ਸ਼ਾਸਨ। ਸਥਾਨਕ ਸਵੈ ਸ਼ਾਸਨ ਮੈਨੇ ਸਥਾਨਕ ਮੈਨੇ ਹੇਠਲੇ ਪੱਧਰ ਦੇ ਸ਼ਾਸਨ ਕਰਨ ਦੀ ਸ਼ਕਤੀ ਲੋਕਾਂ ਦੇ ਹੱਥ ਵਿੱਚ ਦੇਣਾ, ਇਹ ਸਾਰੇ ਉਦੇਸ਼ਾਂ ਨੂੰ ਪੂਰਾ ਕੌਣ ਕਰਦਾ ਹੈ? ਪੰਚਾਇਤੀ ਰਾਜ। ਭਾਵ ਪੰਚਾਇਤੀ ਰਾਜ ਦਾ ਕੋਨਸੈਪਟ ਕੀ ਹੈ? ਇੱਕ ਅਜਿਹੇ ਰਾਜ ਦੀ ਸਥਾਪਨਾ ਕਰਨਾ ਜਿਹਦੇ ਵਿੱਚ ਸਥਾਨਕ ਲੋਕਤੰਤਰ ਨੂੰ ਪੂਰਾ ਕਰਨਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣਾ, ਸਥਾਨਕ ਲੋੜਾਂ ਦੀ ਪੂਰਤੀ ਕਰਨਾ, ਸ਼ਕਤੀਆਂ ਦੀ ਵੰਡ ਕਰਨਾ, ਰਾਜ ਸਰਕਾਰਾਂ ਦੇ ਕਾਰ ਨੂੰ ਭਾਰ ਨੂੰ ਘਟਾਉਣਾ, ਇਹ ਸਾਰੇ ਜਾਂ ਲੋਕਤੰਤਰ ਦੀ ਧਾਰਨਾ ਨੂੰ ਘਰ ਘਰ ਪਹੁੰਚਾਉਣਾ, ਇਹ ਸਾਡੇ ਪੰਚਾਇਤੀ ਰਾਜ ਜਾਂ ਪੇਂਡੂ ਲੋਕਤੰਤਰ ਦੇ ਮੁੱਖ ਉਦੇਸ਼ ਮੰਨਿਆ ਜਾਂਦਾ ਹੈ। ਅਗਲੀ ਗੱਲ ਬੇਟੇ, ਜਦੋਂ ਆਪਾਂ ਸੁਤੰਤਰਤਾ ਪ੍ਰਾਪਤੀ ਦੀ ਗੱਲ ਕਰਾਂਗੇ, ਸੁਤੰਤਰਤਾ ਪ੍ਰਾਪਤੀ ਮਗਰੋਂ ਪੰਚਾਇਤੀ ਰਾਜ, ਤੁਹਾਨੂੰ ਪਤਾ ਹੈ ਭਾਰਤ 15 ਅਗਸਤ 1947 ਨੂੰ ਸੁਤੰਤਰ ਹੋਇਆ। ਜਦੋਂ ਭਾਰਤ ਸੁਤੰਤਰ ਹੋਇਆ ਉਦੋਂ ਭਾਰਤ ਦਾ ਇੱਕ ਸੁਤੰਤਰ ਸੰਵਿਧਾਨ ਬਣਾਇਆ ਗਿਆ, ਠੀਕ ਹੈ, ਜਿਸ ਦੇ 395 ਅਨੁਛੇਦ, ਠੀਕ ਹੈ ਜੀ, 22 ਭਾਗ, ਇਹ ਤੁਹਾਡੇ ਤੁਸੀਂ ਸਾਰਾ ਪੜ੍ਹਿਆ ਕਿ ਇੰਨਾ ਵੱਡਾ ਸਾਡਾ ਸੰਵਿਧਾਨ ਹੈ। ਸੋ ਬੱਚੇ, ਇਸ ਸੰਵਿਧਾਨ ਦੇ ਹੀ ਅਨੁਛੇਦ 40 ਕਿੱਥੇ ਆਉਂਦਾ ਹੈ? ਬੱਚੇ ਤੁਸੀਂ ਪਲੱਸ ਵਨ 'ਚ ਪੜ੍ਹ ਕੇ ਆਏ ਹੋ, ਨਿਰਦੇਸ਼ਕ ਸਿਧਾਂਤਾਂ ਡਾਇਰੈਕਟਿਵ ਪ੍ਰਿੰਸੀਪਲਸ ਦੇ ਵਿੱਚ ਅਨੁਛੇਦ 40, 36 ਤੋਂ 51 ਤੱਕ ਨਿਰਦੇਸ਼ਕ ਸਿਧਾਂਤ ਨੇ, ਉਹਨਾਂ ਵਿੱਚ ਅਨੁਛੇਦ 40 ਦੇ ਵਿੱਚ ਕੀ ਲਿਖਿਆ ਗਿਆ ਕਿ ਰਾਜ ਪਿੰਡਾਂ ਵਿੱਚ ਪੰਚਾਇਤਾਂ ਦਾ ਗਠਨ ਕਰੇਗਾ। ਇਹ ਕਿੱਥੇ ਲਿਖਿਆ? ਸਾਡੇ ਸੰਵਿਧਾਨ ਦੇ ਅਨੁਛੇਦ 40 ਦੇ ਵਿੱਚ ਲਿਖਿਆ ਕਿ ਭਾਰਤ ਦੇ ਸਾਰੇ ਰਾਜ ਪਿੰਡਾਂ ਵਿੱਚ ਪੰਚਾਇਤਾਂ ਦਾ ਗਠਨ ਕਰਨਗੇ। ਅਗਲੀ ਗੱਲ, ਪਰ ਇਹ ਲਿਖਣ ਦੇ ਬਾਵਜੂਦ ਪਿੰਡਾਂ ਵਿੱਚ ਪੰਚਾਇਤਾਂ ਦੀ ਸਥਾਪਨਾ ਤਾਂ ਹੋਈ ਪਰ ਬਹੁਤ ਵਧੀਆ ਤਰੀਕੇ ਦੇ ਨਾਲ ਨਹੀਂ ਹੋਈ। ਕੁਝ ਪਿੰਡਾਂ ਨੇ, ਕੁਝ ਰਾਜਾਂ ਨੇ ਇਸ ਚੀਜ਼ ਨੂੰ ਮੰਨਿਆ, ਕੁਝ ਰਾਜਾਂ ਨੇ ਇਸ ਚੀਜ਼ ਨੂੰ ਨਹੀਂ ਵੀ ਮੰਨਿਆ। ਉਸ ਤੋਂ ਇਲਾਵਾ ਪੰਚਾਇਤੀ ਰਾਜ ਨੂੰ ਸਟਰੋਂਗ ਕਰਨ ਦੇ ਲਈ 1957 ਦੇ ਵਿੱਚ 1957 ਦੇ ਵਿੱਚ ਇੱਕ ਕਮੇਟੀ ਬਣਾਈ ਗਈ। ਕਿਹਦੇ ਲਈ ਕਮੇਟੀ ਬਣਾਈ? ਲੋਕਤੰਤਰ ਵਿਕੇਂਦਰੀਕਰਨ। ਲੋਕਤੰਤਰੀ ਵਿਕੇਂਦਰੀਕਰਨ ਮੈਨੇ ਲੋਕਤੰਤਰ ਦੀਆਂ ਸ਼ਕਤੀਆਂ ਨੂੰ ਵੰਡਣ ਦੇ ਲਈ ਇੱਕ ਕਮੇਟੀ ਬਣਾਈ। ਉਸ ਕਮੇਟੀ ਦੇ ਹੈੱਡ ਸਨ ਸ਼੍ਰੀ ਬਲਵੰਤ ਰਾਏ ਮਹਿਤਾ। ਕਮੇਟੀ ਦੇ ਹੈੱਡ ਸਨ ਬਲਵੰਤ ਰਾਏ ਮਹਿਤਾ। ਸੋ ਬਲਵੰਤ ਰਾਏ ਮਹਿਤਾ ਜੀ ਦੇ ਨਾਮ 'ਤੇ ਹੀ ਇਹ ਕਮੇਟੀ ਚੱਲਦੀ ਹੈ। ਇਸ ਕਮੇਟੀ ਨੂੰ ਹੀ ਕਿਹਾ ਜਾਂਦਾ ਹੈ ਬਲਵੰਤ ਰਾਏ ਮਹਿਤਾ ਕਮੇਟੀ। ਫੋਰਮ ਕਦੋਂ ਕੀਤੀ ਗਈ? 1957 ਦੇ ਵਿੱਚ। ਇਸ ਕਮੇਟੀ ਦਾ ਮੁੱਖ ਕੰਮ ਸੀ ਕਿ ਪੂਰੇ ਭਾਰਤ ਦੇ ਵਿੱਚ ਪਿੰਡ ਪੱਧਰ
ब्लाक पद्धर जिला पद्धर दे उत्ते लोकतंत्र दी स्थापना करना, भाव पिंड पद्धर ब्लाक पद्धर जिला पद्धर ते लोकतंत्र दी स्थापना करन दे उदेश नू लैके भारत सरकार वल्लों 1957 विच बलवंत राय मेहता कमेटी की स्थापना की गई। इस कमेटी ने काफ़ी सुझाव दिते अते दस्या कि भारत विच पंचायती राज नू कीवें लागू किया जा सकता है। ये बच्चे मैं तुहानू दसना चाहवांगी, ये भी तुहाडे एक नंबर के क्वेश्चन च आ जाता है, तो ये भी तुहाडे एक नंबर के क्वेश्चन च बलवंत राय कमेटी की डेट पूछी जा सकती है, की काम सी ये पूछा जा सकता है, वेरी वेरी इंपोर्टेंट क्वेश्चन है। तीसरी गल, भारत दे विच पंचायती राज दे ढांचे नू सब तो पहला शुरू करन वाला राज सी राजस्थान। नोट करो, एक नंबर दा अगेन वेरी इंपोर्टेंट क्वेश्चन, भारत दा पहला राज राजस्थान। राजस्थान विच 2 अक्तूबर 1959 दे विच पंचायती राज नू पूरे राजस्थान दे विच लागू किया गया। सो तुहाडा एक नंबर दा क्वेश्चन है, मैं मैनू याद है मैं महात्मा गांधी जी दे चैप्टर विच भी तुहानू दस्या सीगा कि महात्मा गांधी जी दे जन्मदिन दे उत्ते राजस्थान उह पहला राज सी भारत दा जिसने पंचायती राज दे ढांचे नू पूरी तरह लागू किया। सो ये तुहाडे तीनों जिहड़े क्वेश्चनस ने वेरी इंपोर्टेंट ने, ते ए वन मार्क क्वेश्चनस आ जांदे ने। अगे गल करदे आ, जदों असी किसी चीज़ नू लागू करना है भारत विच पक्के तौर ते पक्के पैरी लागू करना है, तो उहदे लई की करना पैंदा है, सानू संविधान विच सोध करनी पैंदी है। सोध का मतलब है जो चीज़ संविधान विच पहला नहीं सी अमेंडमेंट करके सोध करके उस चीज़ नू संविधान दे विच पाउणा। जिवें कि तुहानू पता है कि संविधान तो बच्चे 1950 का बनिया होया संविधान है, साढ़े कोल 1949 का तैयार संविधान है, इन्ने सालों विच 100 तो वध वार असी संविधान विच सोध कर चुके हाँ। सो जदों लग्या कि पंचायती राज भारत विच स्थापित होना चाहिदा है तां उहदे लई संविधान विच सोध कीती जानी, आर्टिकल्स लागू कीते जाने जरूरी सन। सो नोट करो कि पंचायती राज नू सारे भारत, मैं पंजाब की गल नहीं कर रही, मैं पूरे भारत की गल कर रही हाँ, पंचायती राज नू पूरे भारत विच लागू करन दे लई 22-23 दिसंबर 1992 दे विच लोक सभा अते राज सभा वल्लों 73वीं संविधानक सोध 73वां संविधानक बिल जिहदी सोध नंबर 73 है वह पास किया गया। तुहानू पेपर दे विच पास की डेट आ सकती है, तुहानू सोध विच सोध दे लागू करन की डेट आ सकती है। दीज आर द टू डिफरेंट डेट्स, प्लीज़ नोट, गलत नहीं करना। पेपर च देखना है कि पास होने का पुछया होवे, जे आवे कि 73वीं संविधानक सोध लोक सभा राज सभा वल्लों कदों पास की गई, तो बच्चे डेट हैगी है 23 दिसंबर 1992 73वीं संविधानक सोध। जे तुहानू डेट आ जाए कि कदों लागू की गई, देखो सोध लागू एक सोध होगी पार्लीमेंट ने डिसाइड कर लिया, बट वो सोध भारत उत्ते लागू भी होनी जरूरी है। सो भारत ते लागू की गई 24 अप्रैल 1993 इत्थे नोट करो 93 24 अप्रैल 1993 नू 73वीं संविधानक सोध जिहड़ी कि पंचायती राज नाल संबंधित है वह सारे भारत विच लागू की गई। बहुत इंपोर्टेंट दो एक नंबर का क्वेश्चन, अगेन एक नंबर का क्वेश्चन, जदों ये सोध भारत विच लागू की गई उदों भारत सरकार ने नाल ही ये निर्देश दिते कि एक साल के अंदर अंदर एट द पीरियड ऑफ 1 ईयर सोध दे लागू होने तो एक साल के अंदर अंदर भारत के सारे राज जिन्हें राज ने 28 दे 28 29 दे 29 जो उस वेले प्रवेल करते सन, भारत के सारे राज एक साल के अंदर अंदर पंचायती राज नू अपने अपने राज विच लागू करनगे। ये निर्देश किने दिता बच्चे? भारतीय सरकार ने, भारत के संसद वल्लों सोध पास हुई, फिर ये सोध लागू की गई। उस तो बाद समा दिता गया कि एक साल का समा दिता गया, कदों होएगा एक साल? ध्यान नाल देखो, 24 अप्रैल 1993 नू सारे भारत विच लागू हुई, एक साल का टाइम देता क्योंकि लागू करने लई बड़ियां व्यवस्थावां करनियां पैनियां सन।
ਸੋ ਇੱਕ ਸਾਲ ਦਾ ਸਮਾਂ ਦਿੱਤਾ 24 April 1994 ਤੱਕ ਦਾ ਸਮਾਂ ਦਿੱਤਾ ਬਈ ਸਾਰੇ ਭਾਰਤ ਦੇ ਸਾਰੇ 29 ਦੇ 29 ਰਾਜ ਕੀ ਕਰੋ ਬਈ 24 April 1994 ਤੱਕ ਆਪਣੇ ਆਪਣੇ ਰਾਜ ਦੇ ਵਿੱਚ ਇਸ 73ਵੀਂ ਸੋਧ ਨੂੰ ਲਾਗੂ ਕਰੋ। ਜਦੋਂ ਭਾਰਤ ਸਰਕਾਰ ਵੱਲੋਂ ਇਹ ਨਿਰਦੇਸ਼ ਆਏਗਾ ਇਟ ਮੀਨਸ ਰਾਜਾਂ ਲਈ ਇਹ ਲਾਗੂ ਕਰਨਾ ਜ਼ਰੂਰੀ ਹੋ ਜਾਵੇਗਾ। ਸੋ ਬੱਚੇ ਤੁਹਾਨੂੰ ਮੈਂ ਇੱਥੇ ਇੱਕ ਲਾਈਨ ਹੋਰ ਦੱਸਣਾ ਚਾਹਾਂਗੀ ਕਿ ਪੰਜਾਬ, ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਹਾਂ, ਪੰਜਾਬ ਸਰਕਾਰ ਨੇ ਇਹ ਸੋਧ ਆਪਣੇ ਰਾਜ ਵਿੱਚ 23 April 1994 ਭਾਵ ਸੋਧ ਦਾ ਸਮਾਂ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ 23 April 1994 ਨੂੰ ਪੰਜਾਬ ਨੇ ਲਾਗੂ ਕੀਤੀ। ਜਦੋਂ ਇਸ ਚੈਪਟਰ ਦੇ ਵਿੱਚ ਤੁਸੀਂ ਪੰਜਾਬ ਬਾਰੇ ਆਪਾਂ ਸੋਧ ਦੀਆਂ ਵਿਵਸਥਾਵਾਂ ਕਰੋਗੇ ਉਦੋਂ ਵੀ ਤੁਹਾਡੇ ਟੀਚਰਸ ਤੁਹਾਨੂੰ ਇਹ ਡੇਟ ਜ਼ਰੂਰ ਦੱਸਣਗੇ। ਹੁਣ ਮੈਨੂੰ ਲੱਗਦਾ ਇੱਥੇ ਤੱਕ ਇਹ ਅਸੀਂ ਕਿਹੜੀ ਸੋਧ ਸੀ, ਤੁਹਾਨੂੰ ਕੁਐਸਚਨ ਆ ਸਕਦਾ 73ਵੀਂ ਸੰਵਿਧਾਨਕ ਸੋਧ ਕਿਹਦੇ ਨਾਲ ਸੰਬੰਧਿਤ ਹੈ, ਪੰਚਾਇਤੀ ਰਾਜ ਦੇ ਨਾਲ। ਠੀਕ ਹੈ ਜੀ, ਕਦੋਂ ਪਾਸ ਹੋਈ 22 December 23 December 1992, ਕਦੋਂ ਲਾਗੂ ਹੋਈ 24 April 1993, ਸਾਰੇ ਭਾਰਤ ਵਿੱਚ ਸਾਰੇ ਰਾਜਾਂ ਨੂੰ ਲਾਗੂ ਕਰਨ ਦਾ ਸਮਾਂ ਕਦੋਂ ਤੱਕ ਦਿੱਤਾ ਗਿਆ, 24 April 1994 ਤੱਕ। ਠੀਕ ਹੈ ਜੀ, ਇਹ ਸੋਧ ਜਿਹੜੀ ਸੀ 24 April 1994 ਤੇ ਆ ਕੇ ਸਾਰੇ ਭਾਰਤ ਦੇ ਸਾਰੇ ਰਾਜਾਂ ਨੇ ਇਸ ਨੂੰ ਆਪਣੇ ਆਪਣੇ ਰਾਜ ਵਿੱਚ ਲਾਗੂ ਕੀਤਾ। ਹੁਣ ਅਗਲੀ ਗੱਲ ਹੈ ਕਿ ਅਸੀਂ ਲਾਗੂ ਤਾਂ ਕਰ ਲਿਆ, ਇਸ ਸੋਧ ਦੇ ਵਿੱਚ ਕੀ ਲਿਖਿਆ ਗਿਆ ਸੀ? ਪੰਚਾਇਤਾਂ ਤਾਂ ਬੱਚੇ ਪਹਿਲਾਂ ਵੀ ਸੀ ਸਨ ਸਾਡੇ ਕੋਲ, ਪੰਜ ਪਰਮੇਸ਼ਵਰ ਤਾਂ ਸ਼ੁਰੂ ਤੋਂ ਚੱਲਿਆ ਆ ਰਿਹਾ। ਤੁਹਾਨੂੰ ਪਤਾ ਗੁਰਬਾਣੀ ਦੇ ਵਿੱਚ ਵੀ ਪੰਜ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ, ਪੰਜ ਪਿਆਰੇ ਨੇ ਸਾਡੇ। ਪੰਜ ਦਾ ਅੱਜ ਵੀ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਵੀ ਨਿਰਣਾ ਲੈਣਾ ਹੁੰਦਾ ਹੈ ਤਾਂ 5 ਮੈਂਬਰੀ ਕਮੇਟੀ ਨਿਰਣਾ ਲੈਂਦੀ ਹੈ, ਪੰਜ ਦਾ ਬਹੁਤ ਮਹੱਤਵ ਮੰਨਿਆ ਗਿਆ ਹੈ। ਇਸੇ ਤਰੀਕੇ ਨਾਲ ਸਾਡੇ ਵੇਦਾਂ ਦੇ ਵਿੱਚ ਵੀ ਪੰਜ ਪਰਮੇਸ਼ਵਰ ਦਾ ਨਾਮ ਦਿੱਤਾ ਗਿਆ ਹੈ। ਸੋ ਪੰਚਾਇਤੀ ਰਾਜ ਭਾਰਤ ਦੀਆਂ ਜੜ੍ਹਾਂ ਵਿੱਚ ਸ਼ੁਰੂ ਤੋਂ ਸੀ, ਪਰ ਜਦੋਂ ਸੋਧ ਲਾਗੂ ਹੋ ਗਈ ਉਸ ਤੋਂ ਬਾਅਦ ਇਸ ਸੋਧ ਨੇ ਕੀ ਕਿਹਾ? ਹੁਣ ਅਸੀਂ ਇਸ ਅੱਜ ਦੇ ਲੈਕਚਰ 'ਚ ਬੱਚੇ ਅਸੀਂ ਇਕੱਲੀ ਸੋਧ ਬਾਰੇ ਹੀ ਗੱਲ ਕਰਾਂਗੇ ਕਿ ਸੋਧ ਕੀ ਕਹਿ ਰਹੀ ਹੈ। ਸੋਧ ਮੀਨਸ ਅਮੈਂਡਮੈਂਟ। ਕਿਹੜੀ ਅਮੈਂਡਮੈਂਟ? 73ਵੀਂ ਅਮੈਂਡਮੈਂਟ। ਕਿਹਦੇ ਸੰਬੰਧ ਵਿੱਚ? ਪੰਚਾਇਤੀ ਰਾਜ ਦੇ ਸੰਬੰਧ ਵਿੱਚ। ਸੋ ਪੰਚਾਇਤੀ ਰਾਜ ਦੇ ਸੰਬੰਧ ਵਿੱਚ 3 ਸੂਤਰੀ ਢਾਂਚਾ, 3-ਟਾਇਰ ਸਿਸਟਮ ਜਿਹੜਾ ਹੈ ਇਹ ਭਾਰਤ ਵਿੱਚ ਲਾਗੂ ਕੀਤਾ ਗਿਆ। ਸੋਧ ਵਿੱਚ ਕੀ ਕਿਹਾ ਗਿਆ ਕਿ ਇੱਕ ਸਭ ਤੋਂ ਹੇਠਲੇ ਪੱਧਰ ਦੀ ਪੰਚਾਇਤ ਹੋਏਗੀ, ਫਿਰ ਵਿਚਕਾਰਲੇ ਪੱਧਰ ਦੀ ਪੰਚਾਇਤ ਹੋਏਗੀ, ਫਿਰ ਉੱਪਰਲੇ ਪੱਧਰ ਦੀ ਪੰਚਾਇਤ ਹੋਏਗੀ। ਸਭ ਤੋਂ ਹਾਇਰ ਲੈਵਲ, ਮਿਡਲ ਐਂਡ ਸਭ ਤੋਂ ਲੋਅਰ ਲੈਵਲ, ਤਿੰਨਾਂ ਨੂੰ ਨਾਮ ਤੁਸੀਂ ਦੇਖੋ, ਤਿੰਨਾਂ ਨੂੰ ਨਾਮ ਕੀ ਦਿੱਤਾ ਗਿਆ ਪੰਚਾਇਤ ਦਾ? ਹੇਠਲੇ ਪੱਧਰ ਦੀ ਪੰਚਾਇਤ, ਵਿਚਕਾਰਲੇ ਪੱਧਰ ਦੀ ਪੰਚਾਇਤ, ਉੱਪਰਲੇ ਪੱਧਰ ਦੀ ਪੰਚਾਇਤ। ਜਦੋਂ ਤੁਸੀਂ ਆਪਾਂ ਪੰਜਾਬ ਦੀ ਗੱਲ ਕਰੀਏ, ਇੱਥੇ ਪੰਜਾਬ ਦੀ ਗੱਲ ਨਹੀਂ ਮੈਂ ਕਰ ਰਹੀ, ਵੈਸੇ ਮੈਂ ਤੁਹਾਨੂੰ ਇਗਜ਼ਾਮਪਲ ਐਜ਼ ਆ ਫੋਰ ਇਗਜ਼ਾਮਪਲ ਪੰਜਾਬ ਦੀ ਇਗਜ਼ਾਮਪਲ ਦੇ ਰਹੀ ਹਾਂ। ਪੰਜਾਬ ਵਿੱਚ ਅਸੀਂ ਇਸਨੂੰ ਪੰਚਾਇਤ ਕਹਿ ਦਿੰਦੇ ਹਾਂ, ਇਸਨੂੰ ਅਸੀਂ ਬਲਾਕ ਸੰਮਤੀ ਜਾਂ ਪੰਚਾਇਤ ਸੰਮਤੀ ਕਹਿ ਦਿੰਦੇ ਹਾਂ, ਇਸਨੂੰ ਅਸੀਂ ਜ਼ਿਲ੍ਹਾ ਪਰਿਸ਼ਦ ਦਾ ਨਾਮ ਦੇ ਦਿੰਦੇ ਹਾਂ। ਸੋ ਇਹ 3 ਪੱਧਰ ਦੀ ਪੰਚਾਇਤਾਂ ਦੀ ਸਥਾਪਨਾ ਕੀਤੀ ਗਈ। ਤੁਹਾਨੂੰ ਇਹ ਵੀ 2 ਨੰਬਰ 'ਚ ਆ ਸਕਦਾ ਹੈ। ਪੰਚਾਇਤੀ ਰਾਜ ਦੀ ਮਹੱਤਤਾ ਬਹੁਤ ਹੈ। ਪੰਚਾਇਤੀ ਰਾਜ ਦੀ ਮਹੱਤਤਾ ਹੈਗੀ ਪੇਂਡੂ ਖੇਤਰ ਦਾ ਵਿਕਾਸ ਕਰਨਾ, ਸਥਾਨਕ ਸਮੱਸਿਆਵਾਂ ਦਾ ਹੱਲ ਕਰਨਾ, ਲੋਕਤੰਤਰ ਦੀ ਸਿਖਲਾਈ, ਸਮੰਤਵਾਦੀ ਕਦਰਾਂ ਕੀਮਤਾਂ ਨੂੰ ਖਤਮ ਕਰਨਾ, ਲੋਕਾਂ ਨੂੰ ਸਸਤਾ ਅਤੇ ਤੁਰੰਤ ਨਿਆਂ ਦੇਣਾ, ਸਵੈਮਾਨ ਦੀ ਭਾਵਨਾ ਪੈਦਾ ਕਰਨਾ, ਲੋਕਾਂ ਅੰਦਰ ਚੇਤਨਾ ਪੈਦਾ ਕਰਨਾ, ਭਾਰਤ ਸਰਕਾਰ ਦੇ ਰਾਜ ਸਰਕਾਰ ਦੇ ਭਾਰ ਨੂੰ ਘਟਾਉਣਾ, ਇਹ ਸਭ ਪੰਚਾਇਤੀ ਰਾਜ ਦੇ ਉਦੇਸ਼ ਨੇ। ਇਹ ਬੱਚੇ ਤੁਸੀਂ ਕਿਸੇ ਨਾ ਕਿਸੇ ਲੈਕਚਰ 'ਚ ਡਿਟੇਲ ਦੇ ਵਿੱਚ ਜ਼ਰੂਰ ਕਰੋਗੇ। ਹੁਣ ਅਸੀਂ ਅੱਜ ਗੱਲ ਕਰਦੇ ਹਾਂ 73ਵੀਂ ਸੰਵਿਧਾਨਕ ਸੋਧ ਦੀ। ਸੋ 73ਵੀਂ ਸੰਵਿਧਾਨਕ ਸੋਧ ਦੇ ਵਿੱਚ ਬੇਟੇ ਪਹਿਲੀ ਵਿਵਸਥਾ ਹੈ 73ਵੀਂ ਸੰਵਿਧਾਨਕ ਸੋਧ ਵਿੱਚ ਕਿ ਸਥਾਨਕ ਪੱਧਰ ਦੇ ਲੋਕਤੰਤਰ ਨੂੰ ਸੰਵਿਧਾਨਕ ਮਾਨਤਾ, ਭਾਵ ਸਾਡੇ ਸੰਵਿਧਾਨ ਦੇ ਵਿੱਚ ਤੁਹਾਨੂੰ ਯਾਦ ਰੱਖਣਾ ਹੈ ਸੰਵਿਧਾਨ ਦੇ ਭਾਗ 9ਵੇਂ ਵਿੱਚ ਅਨੁਸੂਚੀ 11ਵੀਂ। ਬੱਚੇ ਵੈਰੀ 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 ਇੰਪੋਰਟੈਂਟ ਕੁਐਸਚਨ, ਸੰਵਿਧਾਨ ਦਾ ਭਾਗ 9ਵਾਂ ਸੂਚੀ 11ਵੀਂ ਵਿੱਚ 29 ਵਿਸ਼ੇ ਸ਼ਾਮਲ ਕੀਤੇ ਗਏ। 11ਵੀਂ ਸੂਚੀ 'ਚ ਕਿੰਨੇ ਵਿਸ਼ੇ ਹੈ? 29 ਵਿਸ਼ੇ ਸ਼ਾਮਲ ਕੀਤੇ ਗਏ। ਜੇ ਆਪਾਂ ਪੰਚਾਇਤੀ ਰਾਜ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਅਸੀਂ ਕੀ ਕਹਾਂਗੇ? ਸੋਧ 73ਵੀਂ ਸੰਵਿਧਾਨ ਦੇ ਕਿੱਥੇ ਲਾਗੂ ਹੈ ਜੀ? ਭਾਗ 9ਵੇਂ ਵਿੱਚ ਸੂਚੀ 11ਵੀਂ ਦੇ ਵਿੱਚ ਕਿੰਨੇ ਵਿਸ਼ੇ ਕੀਤੇ ਗਏ? 29 ਵਿਸ਼ੇ ਸ਼ਾਮਲ ਕੀਤੇ ਗਏ ਜਿਹੜੇ ਕਿ ਸਥਾਨਕ ਪੱਧਰ ਦੇ ਲੋਕਤੰਤਰ ਨੂੰ ਮਾਨਤਾ ਦਿੰਦੇ ਹਨ, ਭਾਵ ਪੰਚਾਇਤੀ ਰਾਜ ਨੂੰ ਮਾਨਤਾ ਦਿੰਦੇ ਹਨ। ਸੋ ਤੁਹਾਨੂੰ ਇਹ ਕੁਐਸਚਨ ਜਿਹੜਾ ਤੁਹਾਨੂੰ ਆ ਸਕਦਾ ਹੈ। ਦੂਸਰੀ ਗੱਲ, ਸੋਧ ਦੇ ਵਿੱਚ ਕੀ ਕਿਹਾ ਗਿਆ ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤ ਦੀ ਪਰਿਭਾਸ਼ਾ?
ਸੋਧ ਵਿੱਚ ਇਹ ਗੱਲ ਕਹੀ ਗਈ ਕਿ ਪਿੰਡ ਦੇ ਸਾਰੇ ਮਤਦਾਤਾ ਮੈਨੇ ਵੋਟ ਪਾਉਣ ਵਾਲੇ ਕਿਹੜੇ ਨੇ, ਉਹ ਪਿੰਡ ਦੇ ਬੰਦੇ ਜਿਨ੍ਹਾਂ ਦੇ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਜਿਨ੍ਹਾਂ ਦਾ ਨਾਮ ਪਿੰਡ ਦੀ ਮਤਦਾਤਾ ਸੂਚੀ ਵਿੱਚ ਦਰਜ ਹੈ, ਉਹ ਸਾਰੇ ਗ੍ਰਾਮ ਸਭਾ ਦੇ ਮੈਂਬਰ ਹੋਣਗੇ। ਯਾਨੀ ਕਿ 0 ਤੋਂ 18 ਸਾਲ ਵਾਲਾ ਕੋਈ ਵੀ ਨਹੀਂ, 18 ਸਾਲ ਤੋਂ ਉੱਪਰ ਜਿਨ੍ਹਾਂ ਦੀ ਵੋਟ ਬਣੀ ਹੋਈ ਹੈ, ਜਿਹਦਾ ਨਾਮ ਪਿੰਡ ਦੀ ਮਤਦਾਤਾ ਸੂਚੀ ਵਿੱਚ ਦਰਜ ਹੈ, ਉਹ ਗ੍ਰਾਮ ਸਭਾ ਦੇ ਮੈਂਬਰ ਹੋਣਗੇ ਅਤੇ ਇਹ ਗ੍ਰਾਮ ਸਭਾ ਦੇ ਮੈਂਬਰ ਪਿੰਡ ਦੀ ਗ੍ਰਾਮ ਪੰਚਾਇਤ ਦੀ ਚੋਣ ਕਰਨਗੇ। ਸਮਝ ਆ ਗਿਆ? ਗ੍ਰਾਮ ਸਭਾ ਦੇ ਮੈਂਬਰ ਕਿਹੜੇ ਹੋਣਗੇ? 18 ਸਾਲ ਤੋਂ ਉੱਪਰ ਵਾਲੇ, ਜਿਨ੍ਹਾਂ ਦਾ ਨਾਮ ਮਤਦਾਤਾ ਸੂਚੀ ਵਿੱਚ ਦਰਜ ਹੈ, ਉਹ ਸਭ ਮੈਂਬਰ ਹੋਣਗੇ ਅਤੇ ਇਹ ਗ੍ਰਾਮ ਸਭਾ ਦੇ ਮੈਂਬਰ ਪਿੰਡ ਦੀ ਪੰਚਾਇਤ ਦੀ ਚੋਣ ਕਰਨਗੇ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਪਿੰਡ ਵਿੱਚ ਜਿਸ ਦੀ ਵੋਟ ਬਣੀ ਹੈ, ਜਿਹਦਾ ਨਾਮ ਮਤਦਾਤਾ ਸੂਚੀ ਵਿੱਚ ਦਰਜ ਹੈ, ਉਹ ਪਿੰਡ ਦੀ ਪੰਚਾਇਤ ਦੀ ਚੋਣ ਦੇ ਵਿੱਚ ਹਿੱਸਾ ਲੈਂਦੇ ਹਨ, ਵੋਟ ਪਾ ਸਕਦੇ ਹਨ। ਕਿੱਥੇ ਲਿਖਿਆ ਹੈ? 73ਵੀਂ ਸੰਵਿਧਾਨਕ ਸੋਧ ਵਿੱਚ ਲਿਖਿਆ ਹੈ। ਅਗਲੀ ਗੱਲ, 3 ਪੱਧਰੀ ਢਾਂਚਾ, 3-ਟਾਇਰ ਪੰਚਾਇਤੀ ਰਾਜ ਸਿਸਟਮ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉੱਪਰਲੇ ਪੱਧਰ ਦੀ ਪੰਚਾਇਤ, ਇਸਨੂੰ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ। ਪੰਜਾਬ ਨੇ ਇਸਨੂੰ ਆਪਣਾ ਜ਼ਿਲ੍ਹਾ ਪਰਿਸ਼ਦ ਦਾ ਨਾਮ ਦਿੱਤਾ ਹੈ, ਕਿਸੇ ਰਾਜ ਵਿੱਚ ਨਾਮ ਹੋਰ ਵੀ ਹੋ ਸਕਦਾ ਹੈ। ਸੋਧ ਕਹਿੰਦੀ ਹੈ, ਇੱਕ ਉੱਪਰਲੇ ਪੱਧਰ ਦੀ ਪੰਚਾਇਤ ਹੋਏਗੀ, ਇੱਕ ਵਿਚਕਾਰਲੇ ਪੱਧਰ ਦੀ ਪੰਚਾਇਤ ਹੋਏਗੀ, ਉਸ ਤੋਂ ਇੱਕ ਹੇਠਲੇ ਪੱਧਰ ਦੀ ਪੰਚਾਇਤ ਹੋਏਗੀ। 1 ਸਾਲ ਦੇ ਸਮੇਂ ਦੇ ਅੰਦਰ ਅੰਦਰ ਸਾਰਾ ਭਾਰਤ ਇਹ 3 ਪੱਧਰ ਦੀਆਂ ਪੰਚਾਇਤਾਂ ਨੂੰ ਸਾਰੇ ਰਾਜ ਆਪਣੇ ਆਪਣੇ ਰਾਜ ਵਿੱਚ ਲਾਗੂ ਕਰਨਗੇ। ਨਾਮ ਉਹ ਕੋਈ ਵੀ ਦੇ ਸਕਦੇ ਹੈ। ਮੈਂ ਬਾਰ ਬਾਰ ਰਿਪੀਟ ਕਰ ਰਹੀ ਹਾਂ, ਪੰਜਾਬ ਵਿੱਚ ਅਸੀਂ ਇਹਨੂੰ ਪੰਚਾਇਤ ਕਹਿੰਦੇ ਹਾਂ, ਬਲਾਕ ਸਮਿਤੀ ਕਹਿੰਦੇ ਹਾਂ, ਪੰਚਾਇਤ ਸਮਿਤੀ ਕਹਿੰਦੇ ਹਾਂ, ਜ਼ਿਲ੍ਹਾ ਪਰਿਸ਼ਦ ਕਹਿੰਦੇ ਹਾਂ। ਹਰਿਆਣੇ ਵਿੱਚ ਅਲੱਗ ਨਾਮ ਹੋ ਸਕਦੇ ਨੇ, ਰਾਜਸਥਾਨ ਅਲੱਗ ਹੋ ਸਕਦੇ ਨੇ, ਬਿਹਾਰ ਅਲੱਗ ਹੋ ਸਕਦੇ ਨੇ, ਪਰ ਢਾਂਚਾ ਇਹ 3 ਪੱਧਰ ਦਾ ਹੀ ਹੋਵੇਗਾ। ਅਗਲੀ ਗੱਲ ਕਿ ਪੰਚਾਇਤਾਂ ਦੀ ਬਣਤਰ, ਕਿ ਹਰੇਕ ਰਾਜ ਦੇ ਵਿੱਚ ਜੋ ਪੰਚਾਇਤਾਂ ਹੋਣਗੀਆਂ, ਉਹ ਉਸ ਰਾਜ ਦੇ ਵਿਧਾਨ ਮੰਡਲ ਦੇ ਕਾਨੂੰਨ ਰਾਹੀਂ ਨਿਸ਼ਚਿਤ ਕੀਤੀਆਂ ਜਾਣਗੀਆਂ। ਭਾਵ ਪੰਜਾਬ ਆਪਣੀਆਂ ਪੰਚਾਇਤਾਂ ਦੀ ਸਥਾਪਨਾ ਆਪਣੇ ਕਾਨੂੰਨਾਂ ਅਨੁਸਾਰ ਕਰੇਗਾ, ਹਰਿਆਣਾ ਆਪਣੇ ਅਨੁਸਾਰ ਕਰੇਗਾ, ਬਿਹਾਰ ਆਪਣੇ ਅਨੁਸਾਰ ਕਰੇਗਾ ਅਤੇ 73ਵੀਂ ਸੰਵਿਧਾਨਕ ਸੋਧ ਨੂੰ ਮੁੱਖ ਰੱਖਦੇ ਹੋਏ ਆਰਟੀਕਲ 243C ਅਨੁਛੇਦ 243C ਦੇ ਅਨੁਸਾਰ ਉਹਨਾਂ ਨਿਯਮਾਂ ਨੂੰ ਲੈ ਕੇ ਹਰੇਕ ਰਾਜ ਦੀ ਵਿਧਾਨ ਮੰਡਲ, ਹਰੇਕ ਰਾਜ ਦੀ ਸਰਕਾਰ ਪੰਚਾਇਤਾਂ ਦੀ ਬਣਤਰ ਸੰਬੰਧੀ ਨਿਯਮ ਬਣਾਵੇਗੀ। ਥੋੜ੍ਹਾ ਜਿਹਾ ਟਫ ਹੈ, ਆਰਾਮ ਨਾਲ ਕਰੋਗੇ ਤਾਂ ਇਹਦੇ 'ਚ ਔਖਾ ਵੀ ਕੁਛ ਨਹੀਂ ਹੈ। ਯਾਨੀ ਕਿ ਨਿਯਮ ਬਣਾਉਣ ਦੀ ਸ਼ਕਤੀ ਕਿਹਨੂੰ ਦੇਤੀ? ਰਾਜ ਸਰਕਾਰ ਨੂੰ। ਕਿਹਨੂੰ ਦੇਤੀ ਬੇਟੇ? ਰਾਜ ਵਿਧਾਨ ਮੰਡਲ ਮੈਨੇ ਰਾਜ ਦੀ ਸਰਕਾਰ ਨੂੰ। ਉਸ ਤੋਂ ਅੱਗੇ ਹੈ ਪੰਚਾਇਤ ਖੇਤਰ ਦੇ ਮੈਂਬਰਾਂ ਦੀ ਚੋਣ ਪ੍ਰਤੱਖ ਲੋਕਾਂ ਰਾਹੀਂ। ਤੁਹਾਨੂੰ ਸਭ ਨੂੰ ਪਤਾ ਹੈ ਕਿ ਚਾਹੇ ਪੰਚਾਇਤਾਂ ਹੋਣ, ਚਾਹੇ ਬਲਾਕ ਸਮਿਤੀਆਂ ਹਨ, ਚਾਹੇ ਜ਼ਿਲ੍ਹਾ ਪਰਿਸ਼ਦ ਹਨ, ਉਹਨੂੰ ਪੰਚਾਇਤ ਸਮਿਤੀ ਹੈ, ਮੈਂਬਰਾਂ ਦੀ ਚੋਣ ਕੌਣ ਕਰਦੇ ਹਨ? ਪ੍ਰਤੱਖ ਤੌਰ 'ਤੇ ਲੋਕ ਕਰਦੇ ਹਨ। ਔਰ ਕਿਹੜੇ ਲੋਕ ਕਰਦੇ ਹਨ? ਉਹ ਲੋਕ ਜਿਨ੍ਹਾਂ ਦਾ ਨਾਮ ਉਸ ਪਿੰਡ ਦੀ ਮਤਦਾਤਾ ਸੂਚੀ ਵਿੱਚ ਦਰਜ ਹੈ। ਮੰਨ ਲਓ ਮੈਂ ਮੋਹਾਲੀ ਵਿੱਚ ਰਹਿੰਦੀ ਹਾਂ ਪਰ ਪੜ੍ਹਾਉਂਦੀ ਮੈਂ ਮਨੌਲੀ ਪਿੰਡ ਵਿੱਚ ਹਾਂ। ਜੇ ਮੈਂ ਸੋਚਾਂ ਮੈਂ ਮਨੌਲੀ ਪਿੰਡ ਦੀ ਪੰਚਾਇਤ ਵੇਲੇ ਵੋਟਾਂ ਪਾ ਸਕਾਂ, ਮੈਂ ਵੀ ਵੋਟ ਪਾਵਾਂ, ਮੈਂ ਬਲਾਕ ਸੰਮਤੀ ਚੁਣਨ ਵੇਲੇ ਵੋਟ ਪਾਵਾਂ, ਮੈਂ ਨਹੀਂ ਪਾ ਸਕਦੀ ਕਿਉਂਕਿ ਮੇਰਾ ਨਾਮ ਮੋਹਾਲੀ ਸ਼ਹਿਰ ਦੀ ਮਤਦਾਤਾ ਸੂਚੀ ਵਿੱਚ ਹੈ, ਮਨੌਲੀ ਪਿੰਡ ਦੀ ਮਤਦਾਤਾ ਸੂਚੀ ਵਿੱਚ ਨਹੀਂ ਹੈ। ਸੋ ਸਿਰਫ ਉਹ ਵਿਅਕਤੀ ਜਿਨ੍ਹਾਂ ਦੀ ਵੋਟ ਬਣੀ ਹੋਵੇ, 18 ਸਾਲ ਤੋਂ ਉੱਪਰ ਹੋਣ ਅਤੇ ਜਿਨ੍ਹਾਂ ਦਾ ਨਾਂ ਉਸ ਪਿੰਡ ਦੀ ਮਤਦਾਤਾ ਸੂਚੀ ਵਿੱਚ ਦਰਜ ਹੋਵੇ, ਉਹ ਪ੍ਰਤੱਖ ਵੋਟ ਪਾ ਕੇ ਪੰਚਾਇਤ ਖੇਤਰ ਦੇ ਮੈਂਬਰਾਂ ਨੂੰ ਚੁਣ ਸਕਦੇ ਹਨ। ਅਗਲੀ ਗੱਲ, ਰਾਜ ਚੋਣ ਆਯੋਗ ਦੀ ਸਥਾਪਨਾ। 1 ਨੰਬਰ ਦਾ ਕੁਐਸਚਨ ਕਿ ਪੰਚਾਇਤੀ ਰਾਜ ਦੀਆਂ 3 ਸੰਸਥਾਵਾਂ, ਪੰਚਾਇਤੀ ਰਾਜ ਵਿਚਕਾਰਲਾ ਪੱਧਰ, ਉੱਪਰਲਾ ਪੱਧਰ, ਹੇਠਲਾ ਪੱਧਰ, ਇਹਨਾਂ ਦੀ ਜਦੋਂ ਵੀ ਚੋਣ ਹੋਏਗੀ ਤਾਂ ਉਹ ਚੋਣ ਕਿਹਦੀ ਦੇਖ ਰੇਖ ਵਿੱਚ ਹੋਏਗੀ? ਉਹ ਰਾਜ ਚੋਣ ਆਯੋਗ ਦੀ ਦੇਖ ਰੇਖ ਵਿੱਚ ਹੋਵੇਗੀ। ਹਰੇਕ ਰਾਜ ਆਪਣੇ ਰਾਜ ਵਿੱਚ ਇੱਕ ਰਾਜ ਚੋਣ ਆਯੋਗ ਦੀ ਸਥਾਪਨਾ ਕਰੇਗਾ। ਦੇਖੋ ਇਹਦਾ ਨਾਮ ਹੀ ਹੈ ਰਾਜ ਚੋਣ ਆਯੋਗ, ਇਹਦਾ ਕੰਮ ਕੀ ਹੈ? ਚੋਣਾਂ ਦਾ ਪ੍ਰਬੰਧ ਕਰਨਾ, ਰਾਜ ਵਿੱਚ ਸਾਰੀਆਂ ਚੋਣਾਂ ਦਾ ਪ੍ਰਬੰਧ ਕਰਨਾ, ਜਿੰਨੀਆਂ ਪੰਚਾਇਤਾਂ, ਨਗਰ ਪਾਲਿਕਾ, ਨਗਰ ਨਿਗਮ, ਬਲਾਕ ਸਮਿਤੀ, ਜ਼ਿਲ੍ਹਾ ਪਰਿਸ਼ਦ, ਜਿੰਨੀਆਂ ਚੋਣਾਂ ਹੋਣਗੀਆਂ ਕੌਣ ਕਰਵਾਏਗਾ? ਰਾਜ ਚੋਣ ਆਯੋਗ ਕਰਵਾਏਗਾ। ਅਤੇ ਰਾਜ ਚੋਣ ਆਯੋਗ ਦੀ ਸਥਾਪਨਾ, ਸਾਰੀਆਂ ਸ਼ਰਤਾਂ, ਕਿੰਨੇ ਮੈਂਬਰ ਹੋਣਗੇ, ਕੀ ਨਿਯਮ ਹੋਣਗੇ, ਉਹ ਰਾਜਪਾਲ ਰਾਹੀਂ, ਰਾਜ ਦੇ ਰਾਜਪਾਲ ਰਾਹੀਂ ਨਿਸ਼ਚਿਤ ਕੀਤੇ ਜਾਣਗੇ। ਅਤੇ ਇਹ ਸਾਰੇ ਨਿਯਮ ਕੌਣ ਬਣਾਏਗਾ?
स्टेट लैजिस्लेचर भाव राज की सरकार नियम बनाएगी। सो इट इज़ पॉसीबल कि पंजाब के थोड़े नियम अलग होन, ठीक है जी, हरियाणे के अलग होन, उत्तर प्रदेश के अलग होन, क्योंकि नियम बनाने की शक्ति किदे कोल है, राज्यां दीआं सरकारां कोल हन, पर ढांचा उही रहेगा जो भारत सरकार ने तीन पद्धरी दिता है। अगली गल, पंचायतों विच प्रतिनिधता रैप्रजेंटेन इन डिफरेंट लैवल्स ऑफ पंचायत। हुण देखो तीन पद्धर आ गए, पिंड पद्धर, ब्लाक पद्धर, जिला पद्धर, ठीक है जी। हुण की है विचकारला पद्धर, मैं भाव ब्लाक पद्धर अते जिला पद्धर। हुण जिवें पिंडां दे सरपंच ने, जिन्ने पिंडां दे सरपंच ने ओ किथे मुखी सरपंच किहदे विच प्रतिनिधि मन्ने जाणगे, ब्लाक समितियां विच। जिन्ने ब्लाकां दे अध्यक्ष ने ओ किथे प्रतिनिधि मन्ने जाणगे, जिला परिषद विच। देखो तीन गल है, मान लो मोहाली जिला है, मोहाली जिले च 500 पिंड ने, असी 500 पिंडां दे 5 ब्लाक बनाते, पंचायतां किन्नियां हो गईयां 500, ब्लाक समितियां किन्नियां हो गईयां 5, एक एक ब्लाक विच 100-100 पिंड पाते 5 हो गईयां, जिला परिषद किन्नी हो गई 1। सो उस इलाके विचों जे कोई बंदा लोक सभा या राज विधानसभा भाव MLA या MP होएगा, जिहदा नाम उस पिंड की मतदाता सूची विच दर्ज होएगा, ओ भी बेटे जिला परिषद अते ब्लाक समिति दे विच प्रतिनिधि दे तौर ते कम करनगे। अगली गल, हरेक पद्धर दी पंचायत भाव तीनों पद्धरां दी पंचायत दा कार्यकाल 5 साल होएगा। तुहानू पता है भारत विच कार्यकाल कम करन दा समा 5 साल है, पर 5 साल तो पहला भी इन्हां नू भंग कीता जा सकता है। अगली गल आ गई बच्चे स्थानां दा राखवांकरण, कि स्थान रिजर्व रखे जांदे हन किन्हां लई, हरेक पंचायत विच ब्लाक समिति, जिला परिषद, नगर पालिका, नगर निगम, संसद, लोक सभा, राज सभा, हर जगह अनुसूचित जातियां अते अनुसूचित जनजातियां कबीलियां लई उत्थों दी जनसंख्या दे अनुसार जिस हिसाब नाल अनुसूचित जातियां होणगियां, जे वध ने तां वध स्थान, जे घट ने तां उत्थों दे घट स्थान। दूसरी गल, अनुसूचित जातियां विच उन्हां दियां 1/3 स्थान इन्हां दियां इस्त्रियां लई राखवें रखे जाणगे। देखो इस्त्रियां नूं बहुत प्रेफरेंस दित्ती गई है, मान लो तुहाडी पंचायत दे विच 10 मैंबर 9 मैंबर ने, 9 दे विचों जिहड़े 3 मैंबर ने ओह इस्त्रियां होणगियां, याद रखना 1/3 स्थान इस्त्रियां लई। इस तों इलावा अनुसूचित जाति दियां इस्त्रियां लई 1/3 स्थान अते पिछड़ियां जातियां दे लई 20 स्थान राखवें रखे जांदे हन, किन्हां विच बच्चे चुणे होए मैंबरां विच। अते इसे तरीके दे नाल राज दे विच सारा काम करन दे लई जो पंचायतां नूं धन देना है, ब्लाक समितियां नूं, जिला परिषदां नूं जो धन देण दे लई राज दे विच राज वित्त कमिशन की स्थापना की जाएगी। सो कर लगाण दी सारी शक्ति, अनुदान राशि, पैसे, करजे, सब कुछ जो पैसे नाल संबंधित गलबात है वो राज वित्त कमिशन उहदे लई बनाया जाएगा अते सारे डिसीजन राज वित्त कमिशन ही लवेगा। इसे तरीके दे नाल पंचायती राज दीआं संस्थावां नूं, सरपंचां नूं, अध्यक्षां नूं, ब्लाक समिति दा अध्यक्ष, जिला परिषद दा अध्यक्ष, इन्हां सारे अध्यक्षां नूं साढ़े 5 साल लई जरूर चुणे जाणगे, पर 5 साल तो पहला जे कुछ गलत काम करदे हन, निर्देशां दी पालना नहीं करदे, तां इन्हां नूं पदवी तों वी हटाया जा सकदा है अते सारीआं चुणीआं होईआं संस्थावां नूं 5 साल तो पहला भंग वी कीता जा सकदा है। इस तरीके दे नाल पंचायती राज अपनियां शक्तियां दी वरतों करेगी, पंचायत कोशिश करेगी कि वह समाजिक अते आर्थिक न्याय दे लई काम करे अते हरेक पद्धर दी पंचायत डिवेलपमेंट प्रोग्राम्स, लोकां दे विकास लई प्रोग्राम चलाउण दा काम पंचायत मीन्स तीनों पद्धर दीआं पंचायतां दा काम होएगा कि वह अपने अपने पद्धर दे उत्ते लोकां नूं न्याय देण अते विकास संबंधी कम्मां नूं करन। इस तों इलावा 11वीं अनुसूची विच बैठे 29 विषय ने, ये तुहाडे छोटा क्वेश्चन भी आ जांदा है, 29 विषय मैं इत्थे कुछ ही एग्जाम्पल दित्ती है, जिवें खेतीबाड़ी हो गया, भूमि सुधार हो गया, छोटियां इंडस्ट्रीज़, मच्छी पालन हो गया, टैक्नीकल एजुकेशन, वोकेशनल एजुकेशन, फैमिली प्लैनिंग हो गया, हैल्थ एंड सैनीटेशन हो गया, प्राइमरी एंड सैकेंडरी स्कूल्स हो गए, अजिहे इस तरीके के 29 जिहड़े विषय ने वह बच्चे पंचायतों के अंडर किए गए हैं। इन्हां 29 विषयां दे उत्ते हरेक राज दीआं पंचायतां तो मेरा बार बार मैं कह रही हूँ, जदों मैं शब्द पंचायत कहां
ਤਾਂ ਉਹਦੇ ਵਿੱਚ ਤਿੰਨੋਂ ਆਣਗੀਆਂ, ਪੰਚਾਇਤ ਵੀ, ਬਲਾਕ ਪਰਿਸ਼ਦ, ਬਲਾਕ ਸਮਿਤੀ ਵੀ ਅਤੇ ਜ਼ਿਲ੍ਹਾ ਪਰਿਸ਼ਦ ਵੀ। ਸੋ ਇਹਨਾਂ 29 ਵਿਸ਼ਿਆਂ 'ਤੇ ਕੰਮ ਕਰਨ ਦਾ ਅਧਿਕਾਰ ਪੰਚਾਇਤਾਂ ਨੂੰ ਦਿੱਤਾ ਗਿਆ ਹੈ। ਸੋ 73ਵੀਂ ਸੰਵਿਧਾਨਕ ਸੋਧ ਦੇ ਬਾਰੇ ਵਿੱਚ ਹੋਰ ਡਿਟੇਲ ਵੀ ਤੁਸੀਂ ਆਪਣੀ ਬੁੱਕਸ ਵਿੱਚ ਪੜ੍ਹਨੀ ਹੈ। ਇਹ ਸੋਧ ਬੱਚੇ ਅਜਿਹੀ ਸੋਧ ਹੈ ਜੋ ਭਾਰਤ ਦੇ ਵਿੱਚ ਪੰਚਾਇਤੀ ਰਾਜ ਨੂੰ ਸਥਾਨਕ ਲੋਕਤੰਤਰ, ਪੇਂਡੂ ਸਥਾਨਕ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ ਅਤੇ ਲੋਕਾਂ ਦੇ, ਪਿੰਡਾਂ ਦੇ ਲੋਕਾਂ ਦੇ ਨੂੰ ਵੋਟ ਦੀ ਸ਼ਕਤੀ ਦੇ ਕੇ, ਪਾਵਰਸ ਦੇ ਕੇ ਉਹਨਾਂ ਨੂੰ ਸੁਦ੍ਰਿੜ ਬਣਾਉਣਾ ਚਾਹੁੰਦੀ ਹੈ ਅਤੇ ਸਟਰੋਂਗ ਬਣਾਉਣਾ ਚਾਹੁੰਦੀ ਹੈ। ਥੋੜ੍ਹਾ ਜਿਹਾ ਲੈਕਚਰ ਲੰਬਾ ਸੀ, ਅੱਗੇ ਅਸੀਂ ਇਸ ਨੂੰ ਹੋਰ ਡਿਟੇਲ ਬਾਕੀ ਲੈਕਚਰਸ ਵਿੱਚ ਕਰਾਂਗੇ। ਕਿਸੇ ਵੀ ਗੱਲ